हाँ जी, सत श्री अकाल जी सारिआं नूं। वधिया फार्म यूट्यूब चैनल ते तुहाडा स्वागत है जी। किसान वीरां, अज दी जिहड़ी आपां वीडियो बना रहे हां, पिंड बहिला, तहसील तरन तारन ते जिला भी तरन तारन। अज दी वीडियो दे विच तुहानूं तीन गावां दिखाउणियां, एक आ जरसी विखाउणी तुहानूं हौले भाल ही। आओ हुण वीर जी उहनां नाल गल्लबात करदे हां ते पुछदे हां सारी डिटेल। हाँ जी वीर जी, सत श्री अकाल जी। होर सुनाओ, की हाल चाल जी? वधिया वधिया जी, ठीक ठाक। ਤੇ ਅੱਜ ਫਿਰ ਵੀਰ ਜੀ ਤਿੰਨ ਪਸ਼ੂ ਵਿਕਾਊ ਕੀਤੇ ਜੀ। ਤੇ ਵੀਰ ਜੀ ਫਿਰ ਪਹਿਲਾ ਮਾਲ ਵਿਕ ਗਿਆ ਆਪਣਾ? ਵਿਕ ਗਿਆ ਜੀ, ਵਿਕ ਗਿਆ, ਉਧਰ ਹੀ ਵਿਕ ਗਿਆ। ਠੀਕ ਆ। ਨਾਮ ਦੱਸ ਦਿਓ ਕਰੀ ਫਿਰ ਆਪਣਾ। ਨਾਮ ਪ੍ਰਗਟ ਸਿੰਘ ਜੀ, ਪਿੰਡ ਬਹਿਲਾ, ਜ਼ਿਲ੍ਹਾ ਤਰਨ ਤਾਰਨ, ਤਹਿਸੀਲ ਤਰਨ ਤਾਰਨ। ਫੋਨ ਨੰਬਰ ਬੋਲ ਦਿਓ ਜੀ। ਨੰਬਰ 8782807597। ਠੀਕ ਆ ਜੀ। ਆ ਵੀਰ ਜੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਜਰਸੀ ਕ੍ਰੋਸ ਵੈਡ ਜਿਹੜੀ ਬੰਨੀ ਆ, ਕਿੰਨਵਾਂ ਸੂਆ ਸੋਣਾ ਜੀ ਇਹਨੇ? ਇਹ ਭਾਜੀ ਦੂਜੇ ਸੂਏ ਸੋਣਾ ਜੀ। ਕਿੰਨਾ ਕੁ ਟਾਈਮ ਖੜਦੀ ਆ? ਟਾਈਮ ਲੈ ਜੂਗੀ, ਇਹ ਹਫਤਾ ਲੈ ਜੂਗੀ। ਹਫਤਾ ਲੈ ਜੂ? ਹਾਂਜੀ। ਤੇ ਦੁੱਧ ਕਿੰਨਾ ਕੁ ਕਰੂਗੀ? ਦੁੱਧ 13 ਕਿਲੋ ਕੱਢੂਗੀ ਜੀ। 13 ਕਿ ਲੀਟਰ ਜਿਹੜਾ ਦੁੱਧ ਇਹ ਕਰ ਦੂਗੀ, ਕਿਉਂਕਿ 11 12 ਕਿਲੋ ਪਹਿਲੇ ਸੂਏ ਚੋਇਆ ਵਾਂਦੇ ਤੇ ਜਿੰਨਾ ਕੋ ਲਈ ਘਰੋਂ ਲਈ ਆ। ਠੀਕ ਆ। ਯਾਰ ਜੀ 13 ਕਿਲੋ ਦੇ ਦੇਊਗੀ। ਤੇ ਮੁੱਲ ਕੀ ਕਰਨਾ ਇਹਦਾ? ਮੁੱਲ ਭਾਜੀ ਮੁੱਲ ਤੇ ਕੋਈ 32000 ਕਰੀਏ, ਦੇ ਦਾਂਗੇ 26000 ਦੀ। 26000 ਦੀ? ਹਾਂਜੀ। ਠੀਕ ਲਿਆ, ਖੋਲੋ ਫਿਰ ਤੋਰੀਏ ਕਰੀ ਨੂੰ। ਹਾਂ ਦੇਖ ਸਕਦੇ ਜੀ, 26000 ਜਿਹੜਾ ਵੀਰ ਜੀ ਉਹਨਾਂ ਨੇ ਇਹਦਾ ਮੁੱਲ ਕੀਤਾ ਹੈ। ਤੇ 13 ਕਿ ਲੀਟਰ ਦੁੱਧ ਦੀ ਜਿਹੜੀ ਉਮੀਦ ਹੈ ਇਹਦੇ ਕੋਲੋਂ ਰੱਖਦੇ। ਦੂਸਰਾ ਸੂਆ ਇਹਨੇ ਸੋਣਾ ਜਰਸੀ ਕ੍ਰੋਸ। ਹਾਂਜੀ ਠੀਕ ਹੈ ਵੀਰ ਜੀ, ਲਾਇਆ ਬਾਕੀ ਢਾਂਚਾ ਤੁਸੀਂ ਦੇਖ ਸਕਦੇ ਜੀ। ਛੱਬੀ ਜਮੀ ਮਾਨ ਤਾਨ ਕਰ ਦੋਗੇ ਵੀਰ ਜੀ? ਛੱਬੀ ਜਮੀ ਵੀਰ ਜੀ ਹੁਣੀ ਕਹਿੰਦੇ ਕਿ ਮਾਨ ਤਾਨ ਜਿਹੜਾ ਕਰ ਦਾਂਗੇ। ਹੁਣ ਇਹ ਤੋਂ ਬਾਅਦ ਇੱਕ ਜਰਸੀ ਤੁਹਾਨੂੰ ਦਿਖਾਉਣੀ ਹੈ। ਥਾਣੇ ਦੇ ਕਰੀ ਤੁਹਾਨੂੰ ਦਿਖਾ ਦਈਏ, ਡਰ ਜਾਂਦਾ ਕਈ ਵਾਰੀ ਪਸ਼ੂ ਥੋੜ੍ਹਾ ਜਿਹਾ। ਹੋਰ ਠੰਡੀ ਆ ਜੀ ਤੁਹਾਨੂੰ? ਹਾਂ ਦੇਖ ਸਕਦੇ ਜੀ, ਥਾਣਾ ਦਾ ਸਾਈਜ਼ ਵੀ ਜਿਹੜਾ ਪਿਆਰਾ ਹੈ। ਇੱਕ ਵਾਰੀ ਵੀਰ ਜੀ ਹੱਥ ਹੱਥ ਲਾ ਕੇ ਵਿਖਾ ਦਿਓ ਜੀ ਇਹਦੇ। ਹਾਂ ਦੇਖ ਸਕਦੇ ਜੀ, ਕੋਈ ਪਰਵਾਹ ਨਹੀਂ ਆ। ਠੀਕ ਹੈ। ਆ ਵੀਰ ਜੀ ਹੁਣ ਦੂਸਰੇ ਨੰਬਰ 'ਤੇ ਜਿਹੜੀ ਜਰਸੀ ਸੋਹਣੀ ਹਵਾਨੇ ਵਾਲੀ ਜਿਹੜੀ ਬੰਨੀ ਹੈ, ਹਵਾਨੇ 'ਤੇ ਜਿਹੜੇ ਨਾੜਾਂ ਵੀ ਚੰਗੀਆਂ ਹੈ ਅਤੇ ਥਣ ਵੀ ਜਿਹੜਾ ਚੰਗਾ ਲੱਗਾ ਅਤੇ ਹੈ ਵੀ ਜਰਸੀ ਆ, ਇਹਦੇ ਬਾਰੇ ਵੀ ਦੱਸ ਦਿਓ ਵੀਰ ਜੀ। ਭਾਜੀ ਦੁੱਧ ਥੱਲੇ ਥੱਲੇ 13-14 ਕਿਲੋ ਬੋਲਾ ਵਾ। 13-14 ਲੀਟਰ ਬੋਲਾ? ਹਾਂਜੀ, ਪਰਸੋਂ ਚੌਥ ਦੀ ਸੂਈ ਹੈ। ਅੱਛਾ, ਪਰਸੋਂ ਚੌਥ ਦੀ ਸੂਈ ਆ, ਅਤੇ ਮਗਰ ਕੀ ਆ ਗਿਆ ਜੀ? ਬੱਚਾ ਜੀ। ਅੱਛਾ, ਮਗਰ ਬੱਚਾ। ਹਾਂਜੀ, ਨਾੜੂ ਨਾਲ ਹੈ। ਹਾਂ ਦੇਖ ਸਕਦੇ ਬੱਚਾ ਅੱਜ ਨਾੜੂ 'ਤੇ, ਉਹ ਦੇਖ ਸਕਦੇ। ਕਿੰਨਾ ਕੁ ਦੁੱਧ ਵੀਰ ਜੀ ਚਵਾਊਗੀ ਫਿਰ? ਦੁੱਧ ਭਾਜੀ ਭਾਵੇਂ 20 ਕਿਲੋ ਵੀ ਚਵਾ ਸਕਦੀ ਹੈ, 18 ਕਿਲੋ ਵੀ ਚਵਾ ਸਕਦੀ ਹੈ। ਜਰਸੀ ਤੁਹਾਨੂੰ ਪਤਾ ਸਟਾਰਟਿੰਗ ਬੋਲਾ ਹੀ ਆ, 13-14 ਕਿਲੋ। ਇਹ 15-16 ਲੀਟਰ ਚਵਾ ਜੋ ਨਾਰਮਲ ਸੇਵਾ ਤੇ? ਵੱਧ ਕਰੂਗੀ ਜੀ। ਅੱਛਾ, ਵੱਧ ਕਰੂਗੀ, ਯਾਦ ਨਾ ਸੋ ਚੰਗੀ ਪਿਓਰ ਜਰਸੀ। ਠੀਕ ਆ। ਹਾਂਜੀ ਠੀਕ ਆ। ਤੇ ਸੂਆ ਕਿੰਨਵਾਂ ਸੂਈ ਆ? ਸੂਆ ਪਹਿਲਾ ਜੀ। ਸੂਆ ਪਹਿਲਾ ਹੀ ਆ? ਪਹਿਲਾ ਜੀ। ਅੱਛਾ ਜੀ, ਲਿਆ ਫਿਰ ਖੋਲੋ ਇਹਨਾਂ ਵੀ ਤੋਰੀਏ। ਸੋਹਣੀ ਜਰਸੀ ਆ ਦੋਸਤੋ, ਤਾਜ਼ੀ ਸੂਈ ਆ ਬਿਲਕੁਲ, ਫੇਸ ਕੁਆਲਿਟੀ ਇਹਦੀ ਇੱਕ ਵਾਰੀ ਤੁਹਾਨੂੰ ਜ਼ਰੂਰ ਦਿਖਾਵਾਂਗੇ। ਆਉਂਦੇ ਸਾਰੇ ਸੋਹਣਾ ਫੇਸ ਆ ਜਿਹੜਾ ਇਹਦਾ। ਹਾਂਜੀ ਠੀਕ ਹੈ ਵੀਰ ਜੀ, ਲੈ ਜਾਓ ਜੀ, ਦੇਖ ਸਕਦੇ ਜੀ। ਮਗਰ ਇਹਦਾ ਜਿਹੜਾ ਬੱਚਾ ਵਾ, 3-4 ਦਿਨ ਜਿਹੜੇ ਜੇ ਸੂਈ ਨੂੰ ਹੋਏ ਆ, ਅਤੇ 13-14 ਲੀਟਰ ਜਿਹੜਾ ਬੋਲਾ ਇਹਦੇ ਕੋਲ ਵੀਰ ਜੀ ਹੁਣੇ ਕਹਿੰਦੇ ਕਿ ਤਿਆਰ ਹੈ। ਆਹ ਇਹਦਾ ਵੀ ਜਿਹੜਾ ਮੁੱਲ ਹੁਣ ਆਪਾਂ ਵੀਰ ਜੀ ਉਹਨਾਂ ਤੋਂ ਪੁੱਛਦੇ ਹਾਂ ਕੀ ਮੁੱਲ ਕਰਦੇ ਆ। ਦੂਸਰੇ ਪਾਸੇ ਦੇ ਵੀ ਥਾਂ ਇੱਕ ਵਾਰੀ ਤੁਹਾਨੂੰ ਦਿਖਾ ਦਈਏ, ਥੋੜ੍ਹੀ ਜਿਹੀ ਅੱਗੇ ਕਰਿਆ ਵੀਰ ਜੀ, ਹਾਂ ਦੇਖ ਸਕਦੇ ਜੀ। ਠੀਕ ਹੈ ਜੀ, ਅਤੇ ਚਵਾ ਚੂ ਓਕੇ ਆ ਵੀਰ ਜੀ? ਬੜਾ ਵਧੀਆ ਚਵਾ ਜੀ, ਭਾਵੇਂ ਕੋਈ 4 ਟਾਈਮ ਚੋਵੇ, ਭਾਵੇਂ ਕੋਈ ਹੱਥ ਲਾਵੇ, ਭਾਵੇਂ ਨਾ ਲਾਵੇ। ਅੱਛਾ ਜੀ, ਜਿੱਦਾਂ ਮਰਜ਼ੀ ਕਿਸੇ ਦੀ ਤੁਸੀਂ। ਠੀਕ, ਅਤੇ ਥਾਂ ਥੁਣ ਬਰੋਬਰ ਸਾਰੇ? ਬਹੁਤ ਵਧੀਆ ਜੀ, ਬਹੁਤ ਚੱਕਰ ਹੀ ਕੋਈ ਨਹੀਂ। ਅਤੇ ਨੋਰਮਲ ਸੇਵਾ 'ਤੇ ਕਿੰਨਾ ਕੁ ਦੁੱਧ ਚਵਾ ਜੂਗੀ ਫਿਰ? ਦੁੱਧ ਭਾਜੀ 17-18 ਕਿਲੋ ਦੇ ਚਵਾਊਗੀ ਨਾ, ਜੇ 20 ਵੀ ਕਰ ਸਕਦੀ ਆ, ਕਿਉਂਕਿ ਸਟਾਰਟਿੰਗ ਬਹੁਤ ਯਾਦ ਨਸਲ ਚੰਗੀ ਆ। ਠੀਕ ਆ, ਅਤੇ ਮੁੱਲ ਕੀ ਕਰਨਾ ਜੀ ਇਹਦਾ? ਮੁੱਲ ਭਾਜੀ ਭਾਵੇਂ 38000 ਕਰੀ ਜਾਈਏ, ਦੇ ਦਾਂਗੇ 34000 ਦੀ। 34000 ਦੀ? ਉਹ 'ਚ ਮਾਨ ਤਾਨ ਕਰੋਗੇ? ਸ਼ੋਰ ਕਰ ਦਾਂਗੇ ਜੀ। ਠੀਕ ਆ ਜੀ, ਠੀਕ, ਲਿਆਓ ਫਿਰ ਹੁਣ ਤੀਸਰੇ ਨੰਬਰ 'ਤੇ ਇੱਕ ਤੁਹਾਨੂੰ ਦਿਖਾਉਣੀ ਆ, ਸਿੰਘ ਜਿਹੜੀ ਇਹ ਨਿੱਘ ਨਿੱਘ ਰੱਖਦੀ ਆ, ਅਤੇ ਬਾਕੀ ਥਣ ਜਿਹੜਾ ਸੋਹਣਾ ਲੱਗਾ, ਹਵਾਨਾ ਵੀ ਸੋਹਣਾ, ਕੰਪੈਕਟ ਜਿਹਾ ਬਿਲਕੁਲ।
हाँ जी वीर जी ए बारे भी दस दौ जी परसों की सूई है दस लीटर बोला ते मगर की आ गया एदे एदे मगर बच्चा एदे मगर भी बच्चा ही है ठीक है ते ए किन्ना के दुध करूगी दुध पाजी 12 13 किलो भी चवाऊ 12 दे चवाऊगी अच्छा 12 12 दे करीब जड़ा ए भी दुध चवा दूगी चवा चंगा थान चंगा पहला ठीक है पहला ने चों चों लगा खराब तो नहीं करदी हां जी बहुत ठंडी ठीक है लिया फिर खोलो इन्ना भी तोरिए हां दोस्तों सिंह जड़ा ए रख दी है बाकी हवाना आप देख सकते हैं सूआ यदा पहला दस दिया वीर जी ने हाँ जी ठीक है वीर जी ला जी दुध 12 क लीटर के करीब जो वीर जी ने कहते कि चवाऊगी तो यदा भी जोड़ा मुल हूँ आप वीर जी होना तो पूछते हैं कि मुल करते हैं हाँ जी वीर जी फिर मुल आप भी दस दिए जी मुल भाजी भावे 30-35 करिए दे देंगे 25,000 की 25,000 दे दोगे तो उस मान तन करा जी करा ठीक है जी हाँ जी ठीक है वीर जी और कुछ करा जी फिर ठीक है वीर जी बहुत बहुत धन्यवाद जी पशु तीन वीर जी उन्होंने विकाऊ किए तो बाकी कोई भी वीर इतने आवे अपना तसली करे दो टाइम तीन टाइम चवाई करे तो फिर खरीद